ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਅਤੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਏ। ਕਿਸਾਨ ਜਿਹੜੇ ਨੇ ਉਹ ਰੇਲਵੇ ਟਰੈਕਸ 'ਤੇ ਬੈਠੇ ਨੇ, ਪਰ ਇਸੇ ਦੇ ਵਿੱਚ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਸਿਰਫ 5 ਦਿਨ ਦਾ ਕੋਲਾ ਹੋਰ ਰਹਿ ਗਿਆ ਏ ਥਰਮਲ ਪਲਾਂਟਸ ਦੇ ਕੋਲ। ਬਿਲਕੁਲ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਮਾਲ ਗੱਡੀਆਂ ਨੂੰ ਲੰਘਣ ਦੀ ਆਗਿਆ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਪਟੜੀਆਂ 'ਤੇ ਡਟੇ ਕਿਸਾਨਾਂ ਨੂੰ ਮਾਲ ਗੱਡੀਆਂ ਨੂੰ ਲੰਘਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਆਪਣਾ ਅਤੇ ਸਰਕਾਰ ਦੇ ਪੂਰਨ ਸਹਿਯੋਗ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਦੇ ਅਤੇ ਇੱਥੋਂ ਦੇ ਲੋਕਾਂ ਦੇ ਹਿੱਤ ਦੇ ਵਿੱਚ ਮਾਲ ਗੱਡੀਆਂ ਨੂੰ ਲੰਘਣ ਦੇਣ ਲਈ ਰੇਲ ਰੋਕੋ ਅੰਦੋਲਨ ਦੇ ਵਿੱਚ ਢਿੱਲ ਦਿੱਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਲੇ ਦੇ ਜਿਹੜੇ ਪਲਾਂਟ ਨੇ ਉਹਨਾਂ ਦੀ ਸਥਿਤੀ ਨਾਜ਼ੁਕ ਹੈ। ਸਿਰਫ 5 ਤੋਂ 6 ਦਿਨ ਦਾ ਕੋਲਾ ਬਚਿਆ ਏ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਪਲਾਈ ਨਾ ਹੋਈ ਤਾਂ ਸਰਕਾਰ ਨੂੰ ਮਜਬੂਰਨ ਇਹ ਪਲਾਂਟ ਬੰਦ ਕਰਨੇ ਪੈ ਸਕਦੇ ਨੇ, ਜਿਸ ਨਾਲ ਸੂਬੇ ਦੀ ਬਿਜਲੀ ਸਪਲਾਈ ਉੱਤੇ ਬੇਹੱਦ ਮਾੜਾ ਪ੍ਰਭਾਵ ਪਵੇਗਾ ਅਤੇ ਨਾਗਰਿਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਚੱਲ ਰਿਹਾ ਏ, ਉਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਕੋਲੇ ਵਾਲੇ ਥਰਮਲ ਪਲਾਂਟਾਂ 'ਤੇ ਪੈ ਰਿਹਾ ਹੈ। ਅਤੇ ਸਿਰਫ 5 ਤੋਂ 6 ਦਿਨ ਦਾ ਕੋਲਾ ਪੰਜਾਬ ਦੇ ਥਰਮਲ ਪਲਾਂਟਾਂ ਦੇ ਕੋਲ ਬਚਿਆ ਹੈ, ਅਤੇ ਜੇਕਰ ਮਾਲ ਗੱਡੀਆਂ ਜਾਣ ਦੀ ਆਗਿਆ ਨਾ ਦਿੱਤੀ ਗਈ, ਮਾਲ ਗੱਡੀਆਂ ਨੂੰ ਨਾ ਲੰਘਣ ਦਿੱਤਾ ਗਿਆ ਤਾਂ ਕੋਲਾ ਖਤਮ ਹੋ ਜੂਗਾ ਅਤੇ ਇਹ ਪਲਾਂਟ ਮਜਬੂਰਨ ਬੰਦ ਕਰਨੇ ਪੈਣਗੇ। ਸੂਬੇ ਦੀ ਬਿਜਲੀ ਸਪਲਾਈ 'ਤੇ ਮਾੜਾ ਅਸਰ ਪਊਗਾ, ਨਾਗਰਿਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਏ ਕਿ ਪੰਜਾਬ ਦੇ ਵਿੱਚ 1 ਹਫ਼ਤੇ ਤੋਂ ਖਾਦ ਦਾ 1 ਵੀ ਰੈਕ ਦਾਖਲ ਨਹੀਂ ਹੋਇਆ, ਭਾਵ ਕਿ ਖਾਦ ਜਿਹੜੀ ਹੈ ਦੂਜੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਆਉਂਦੀ ਹੈ, ਉਹ ਵੀ ਪੰਜਾਬ ਦੇ ਵਿੱਚ ਨਹੀਂ ਆ ਸਕੀ। ਜਦੋਂ ਕਣਕ ਦੀ ਫਸਲ ਬੀਜਣੀ ਹੋਊਗੀ ਤਾਂ ਉਸ ਦੇ ਲਈ ਵੀ ਖਾਦ ਜਿਹੜੀ ਹੈ ਇਹਦੀ ਵਰਤੋਂ ਹੁੰਦੀ ਹੈ, ਤਾਂ ਵੱਡੇ ਪੱਧਰ 'ਤੇ ਕਮੀ ਆ ਜਾਊਗੀ, ਵੱਡੀ ਘਾਟ ਪੈਦਾ ਹੋ ਜਾਊਗੀ। ਅਤੇ ਸੂਬੇ ਦੇ ਵਿੱਚ ਖਾਦ ਦੇ ਰੈਕ ਲਿਆਉਣ ਦੀ ਇਜਾਜ਼ਤ ਦੇਣ ਦੀ ਵੀ ਫੌਰੀ ਲੋੜ ਹੈ, ਕਿਉਂਕਿ ਹਾੜੀ ਸੀਜ਼ਨ ਲਈ ਢੁੱਕਵਾਂ ਸਟਾਕ ਯਕੀਨੀ ਬਣਾਇਆ ਜਾ ਸਕੇ। ਬਾਰਦਾਨੇ ਦੀ ਵੀ ਗੱਲ ਹੈ, ਖਾਦ ਦੀ ਵੀ ਗੱਲ ਹੈ, ਕੋਲੇ ਦੀ ਵੀ ਗੱਲ ਹੈ, ਅਤੇ ਇਸ ਤੋਂ ਬਿਨਾਂ ਝੋਨੇ ਅਤੇ ਕਣਕ ਦੇ ਭੰਡਾਰਨ ਲਈ ਜਗ੍ਹਾ ਬਣਾਉਣ ਦੀ ਲੋੜ ਦਾ ਵੀ ਹਵਾਲਾ ਦਿੱਤਾ ਗਿਆ, ਕਿਉਂਕਿ ਜਿਹੜੇ ਸਟੋਰੇਜ ਹੈ ਉਹ ਪਹਿਲਾਂ ਹੀ ਘਾਟ ਹੈ ਪੰਜਾਬ ਦੇ ਕੋਲ, ਅਤੇ ਅਨਾਜ ਦਾ ਮੌਜੂਦਾ ਸਟਾਕ ਹੈ ਜਿਹੜਾ FCI ਦੇ ਵੱਲੋਂ ਚੁੱਕ ਕੇ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਭੇਜਿਆ ਜਾਣਾ ਹੈ, ਅਤੇ ਉਹ ਵੀ ਮਾਲ ਗੱਡੀਆਂ ਦੇ ਰਾਹੀਂ ਹੀ ਭੇਜਿਆ ਜਾਂਦਾ ਹੈ। ਸੋ ਮਾਲ ਗੱਡੀਆਂ, ਕਿਉਂਕਿ ਰੇਲਵੇ ਟਰੈਕਸ 'ਤੇ ਕਿਸਾਨ ਬੈਠੇ ਨੇ ਲਗਾਤਾਰ, ਅਤੇ ਮਾਲ ਗੱਡੀਆਂ ਦੀ ਆਵਾਜਾਈ ਰੁਕ ਗਈ ਹੈ, ਹਾਲਾਂਕਿ ਜਿਹੜੇ ਪੈਸੰਜਰ ਟ੍ਰੇਨ ਹੈ ਉਹ ਵੀ ਬੰਦ ਹੈ, ਪਰ ਉਹਦਾ ਇੰਨਾ ਅਸਰ ਨਹੀਂ ਪੈਂਦਾ ਸੂਬੇ 'ਤੇ। ਜਿਹੜੀਆਂ ਮਾਲ ਗੱਡੀਆਂ ਦੀ ਢੋਆ ਢੁਆਈ ਹੈ ਉਹਦਾ ਵੱਡਾ ਅਸਰ ਪੈਂਦਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਹਨਾਂ ਗੰਭੀਰ ਚਿੰਤਾਵਾਂ ਦੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ, ਅਤੇ ਪੰਜਾਬ ਦੇ ਰਾਹੀਂ ਮਾਲ ਗੱਡੀਆਂ ਚੱਲਣ ਦੇਣ ਦੀ ਅਪੀਲ ਕੀਤੀ ਹੈ, ਕੋਲਾ ਖਾਦ ਅਨਾਜ ਦੀ ਢੋਆ ਢੁਆਈ ਦੀ ਇਜਾਜ਼ਤ ਮਿਲ ਸਕੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਅਤੇ ਹੋਰ ਪੰਜਾਬੀ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਪੇਸ਼ ਨਹੀਂ ਆਉਣ ਦਿੱਤੀ ਜਾਊਗੀ, ਪਰ ਇਹ ਆਵਾਜਾਈ ਚੱਲਣੀ ਬੇਹੱਦ ਜ਼ਰੂਰੀ ਹੈ, ਅਤੇ ਕਿਸਾਨ ਜਥੇਬੰਦੀਆਂ ਨੂੰ ਸੂਬੇ ਦੇ ਵਡੇਰੇ ਹਿੱਤਾਂ ਦੇ ਵਿੱਚ ਉਹਨਾਂ ਨੂੰ ਇਸ ਬੇਨਤੀ ਉੱਤੇ ਗੌਰ ਕਰਨ ਦੇ ਲਈ ਵੀ ਕਿਹਾ ਹੈ। ਸੋ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਰ ਰੋਜ਼ ਮਾਲ ਗੱਡੀਆਂ ਆਉਂਦੀਆਂ ਨੇ, ਪਰ ਰੇਲਵੇ ਟਰੈਕ 'ਤੇ ਪਿਛਲੇ ਕਰੀਬ 10 ਦਿਨਾਂ ਤੋਂ ਕਿਸਾਨ ਡਟੇ ਹੋਏ ਨੇ, ਲਗਾਤਾਰ ਰੇਲ ਰੋਕੋ ਅੰਦੋਲਨ ਜਾਰੀ ਹੈ, ਪਰ ਇਸ ਦਾ ਅਸਰ ਹੈ ਜਿਹੜਾ ਉਹ ਪੰਜਾਬ ਸੂਬੇ 'ਤੇ ਵੀ ਪੈ ਸਕਦਾ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਅਪੀਲ ਕਰਨੀ ਪਈ ਹੈ ਕਿਸਾਨਾਂ ਨੂੰ ਕਿ ਤੁਹਾਡਾ ਅੰਦੋਲਨ ਸਹੀ ਹੈ, ਖੇਤੀ ਕਾਨੂੰਨਾਂ ਦਾ ਵਿਰੋਧ ਵੀ ਜ਼ਰੂਰੀ ਹੈ, ਪਰ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ, ਢਿੱਲ ਦਿੱਤੀ ਜਾਵੇ। ਜਦੋਂ ਮਾਲ ਗੱਡੀ ਨੇ ਲੰਘਣਾ ਹੋਵੇ ਤਾਂ ਉਹਨਾਂ ਨੂੰ ਲੰਘਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਨੁਕਸਾਨ ਹੋ ਸਕਦਾ ਹੈ। ਜੇਕਰ ਕੋਲਾ ਨਹੀਂ ਆਊਗਾ ਤਾਂ ਥਰਮਲ ਪਲਾਂਟ ਜਿਹੜੇ ਕੋਲੇ ਨਾਲ ਚੱਲਦੇ ਨੇ ਉਹ ਕਿਵੇਂ ਚੱਲਣਗੇ? ਜੇਕਰ ਥਰਮਲ ਪਲਾਂਟ ਨਹੀਂ ਚੱਲਣਗੇ ਤਾਂ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋਊਗਾ, ਜੇ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋਊਗਾ ਤਾਂ ਬਿਜਲੀ ਦੀ ਕਿੱਲਤ ਆਊਗੀ ਅਤੇ ਲਾਈਟ ਦੇ ਕੱਟ ਲੱਗਣਗੇ, ਪੰਜਾਬ ਵਾਸੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ। ਇਸ ਤੋਂ ਬਿਨਾਂ ਕਣਕ ਦਾ ਜਿਹੜਾ ਸੀਜ਼ਨ ਹੈ, ਕਣਕ ਦੀ ਜਿਹੜੀ ਬਿਜਾਈ ਹੋਣੀ ਹੈ ਉਹਦੇ ਲਈ ਖਾਦ ਦੀ ਜ਼ਰੂਰਤ ਹੈ, ਅਤੇ ਮਾਲ ਗੱਡੀਆਂ ਦੇ ਰਾਹੀਂ ਹੀ ਖਾਦ ਪੰਜਾਬ ਦੇ ਵਿੱਚ ਆਉਂਦੀ ਹੈ। ਇਸ ਤੋਂ ਬਿਨਾਂ ਬਾਰਦਾਨੇ ਦੀ ਵੀ ਗੱਲ ਹੈ, ਇਸ ਤੋਂ ਬਿਨਾਂ ਜਿਹੜੀ ਸਟੋਰੇਜ ਹੈ
ਜਿਹੜਾ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਜਿਹੜੇ ਰੱਖ ਰਖਾਅ ਦੇ ਲਈ ਸਟੋਰੇਜ ਦੀ ਲੋੜ ਹੁੰਦੀ ਹੈ। FCI ਨੇ ਅਨਾਜ ਜਿਹੜਾ ਪਹਿਲਾਂ ਪਿਆ ਅਨਾਜ ਹੈ ਉਹ ਮਾਲ ਗੱਡੀਆਂ ਦੇ ਰਾਹੀਂ ਦੂਜੇ ਸੂਬਿਆਂ ਨੂੰ ਭੇਜਣਾ ਹੁੰਦਾ ਹੈ ਤਾਂ ਜੋ ਉੱਥੇ ਹੁਣ ਨਵੀਂ ਫਸਲ ਜਿਹੜੀ ਹੈ ਉਹਦਾ ਭੰਡਾਰਨ ਕੀਤਾ ਜਾ ਸਕੇ। ਪਰ ਜੇਕਰ ਇਹ ਜਗ੍ਹਾ ਖਾਲੀ ਨਹੀਂ ਹੋਊਗੀ, ਜੇਕਰ ਮਾਲ ਗੱਡੀਆਂ ਨਹੀਂ ਚੱਲਣਗੀਆਂ ਤਾਂ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਸੋ ਇਹ ਹੁਣ ਫੈਸਲਾ ਜਿਹੜਾ ਉਹ ਕਿਸਾਨਾਂ ਨੇ ਕਰਨਾ ਹੈ ਕਿ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੀ ਇਸ ਅਪੀਲ ਨੂੰ ਕਿਵੇਂ ਦੇਖਦੇ ਨੇ ਕਿ ਰੇਲ ਰੋਕੋ ਅੰਦੋਲਨ ਹੈ ਜਿਹੜਾ ਉਸੇ ਦੇ ਵਿਚਕਾਰ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਊਗੀ ਜਾਂ ਜਿਹੜੇ ਕਿਸਾਨ ਨੇ ਉਹ ਰੇਲ ਗੱਡੀਆਂ 'ਤੇ ਡਟੇ ਰਹਿਣਗੇ। ਜੇ ਬਿਜਲੀ ਦੀ ਕਿੱਲਤ ਆਉਂਦੀ ਆ ਤਾਂ ਕੋਈ ਗੱਲ ਨਹੀਂ, ਜੇ ਖਾਦ ਦੀ ਕਿੱਲਤ ਆਉਂਦੀ ਆ ਤਾਂ ਕੋਈ ਗੱਲ ਨਹੀਂ, ਜੇ ਢੋਆਈ ਦੀ ਸਟੋਰੇਜ ਦੀ ਕੋਈ ਦਿੱਕਤ ਆਉਂਦੀ ਆ ਤਾਂ ਕੋਈ ਗੱਲ ਨਹੀਂ। ਇਹ ਜਿਹੜੀ ਗੱਲ ਹੈ ਇਹ ਫੈਸਲਾ ਹੁਣ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਕਰਨਾ ਹੈ, ਕਿਉਂਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਇਕਜੁੱਟ ਨੇ ਅਤੇ ਉਹਨਾਂ ਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਲਗਾਤਾਰ ਕਿ ਰੇਲ ਰੋਕੋ ਅੰਦੋਲਨ ਕੀਤਾ ਜਾਵੇ, ਪਰ ਇਸ ਦਾ ਅਸਰ ਹੈ ਜਿਹੜਾ ਉਹ ਕਿਤੇ ਪੰਜਾਬ 'ਤੇ ਹੀ ਨਾ ਪੈ ਜਾਵੇ। ਇਹ ਵੱਡੀ ਗੱਲ ਹੈ ਅਤੇ ਹੁਣ ਕਿਵੇਂ ਲੋਕ ਦੇਖਦੇ ਨੇ, ਕਿਵੇਂ ਪੰਜਾਬ ਦੇ ਬਾਕੀ ਵਰਗ ਦੇਖਦੇ ਨੇ, ਕਿਵੇਂ ਕਿਸਾਨ ਜਥੇਬੰਦੀਆਂ ਦੇਖਦੀਆਂ ਨੇ, ਕਿਵੇਂ ਸਰਕਾਰ ਦੇਖਦੀ ਹੈ ਇਸ ਪੂਰੇ ਘਟਨਾਕ੍ਰਮ ਨੂੰ, ਇਹ ਦੇਖਣਾ ਹੋਏਗਾ। ਪਰ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਸਿਰਫ 5 ਤੋਂ 6 ਦਿਨ ਦਾ ਕੋਲਾ ਪੰਜਾਬ ਦੇ ਵਿੱਚ ਬਚਿਆ ਏ ਅਤੇ ਜੇਕਰ 5 ਤੋਂ 6 ਦਿਨ ਕਿਸਾਨ ਹੋਰ ਇਸੇ ਤਰ੍ਹਾਂ ਰੇਲ ਰੋਕੋ ਅੰਦੋਲਨ ਜਾਰੀ ਰੱਖਦੇ ਨੇ, ਮਾਲ ਗੱਡੀਆਂ ਰੋਕਦੇ ਨੇ ਤਾਂ ਕੋਲਾ ਖਤਮ ਹੋ ਜੂਗਾ। ਥਰਮਲ ਪਲਾਂਟ ਕੋਲੇ 'ਤੇ ਚੱਲਣ ਵਾਲੇ ਜਿਵੇਂ ਬਠਿੰਡੇ ਤਾਂ ਪਹਿਲਾਂ ਹੀ ਬੰਦ ਹੋ ਗਿਆ, ਰੋਪੜ ਵਾਲਾ ਜ਼ਰੂਰ ਕੋਲੇ 'ਤੇ ਚੱਲਦਾ ਤਾਂ ਉਹ ਬੰਦ ਹੋ ਜੂਗਾ, ਤਾਂ ਉੱਥੇ ਦੀ ਜਿਹੜੀ ਬਿਜਲੀ ਦਾ ਉਤਪਾਦਨ ਹੈ ਜਦੋਂ ਉਹ ਰੁਕ ਜੂਗਾ ਤਾਂ ਬਿਜਲੀ ਦੀ ਕਿੱਲਤ ਆ ਜੂਗੀ ਪੰਜਾਬ ਦੇ ਵਿੱਚ, ਤਾਂ ਉਸ ਨਾਲ ਬਿਜਲੀ ਦੇ ਕੱਟ ਲੱਗਣਗੇ। ਸੋ ਇਹ ਜਿਹੜੀ ਚਿੰਤਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਿਰ ਕੀਤੀ ਹੈ। ਇਸ ਤੋਂ ਬਿਨਾਂ ਜਿਹੜਾ ਸਟੋਰੇਜ ਹੈ ਜਿੱਥੇ FCI ਨੇ ਜਿਹੜੀ ਖਰੀਦ ਏਜੰਸੀ ਹੈ ਝੋਨੇ ਨੂੰ ਖਰੀਦ ਕੇ ਰੱਖਣਾ ਹੈ, ਉੱਥੇ ਪਹਿਲਾਂ ਤੋਂ ਅਨਾਜ ਪਿਆ, ਉਸ ਅਨਾਜ ਦੀ ਢੋਆ ਢੁਆਈ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਕਰਨੀ ਹੈ। ਜੇਕਰ ਮਾਲ ਗੱਡੀਆਂ ਨਹੀਂ ਚੱਲਣਗੀਆਂ ਤਾਂ ਸਟੋਰੇਜ ਦੀ ਵੀ ਦਿੱਕਤ ਆਊਗੀ। ਤੀਜੀ ਦਿੱਕਤ ਜਿਹੜੀ ਦੱਸੀ ਗਈ ਹੈ ਉਹ ਖਾਦ ਦੀ ਹੈ ਕਿ ਕਣਕ ਦੀ ਜਦੋਂ ਬਿਜਾਈ ਹੋਣੀ ਆ ਤਾਂ ਖਾਦ ਦੀ ਜ਼ਰੂਰਤ ਪੈਣੀ ਹੈ ਅਤੇ ਦੂਜੇ ਸੂਬਿਆਂ ਦੇ ਵਿੱਚੋਂ ਹੀ ਖਾਦ ਜਿਹੜੀ ਆ ਮਾਲ ਗੱਡੀਆਂ ਦੇ ਰਾਹੀਂ ਪੰਜਾਬ ਦੇ ਵਿੱਚ ਆਉਂਦੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਪੰਜਾਬ ਵਾਸੀਆਂ ਦੀ ਨੂੰ ਅਪੀਲ, ਖਾਸ ਕਰ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ, ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ। ਰੇਲਵੇ ਟਰੈਕ 'ਤੇ ਤੁਹਾਡਾ ਧਰਨਾ ਜਾਰੀ ਹੈ, ਠੀਕ ਹੈ, ਜਾਰੀ ਰੱਖੋ, ਪਰ ਇਸ ਦੇ ਵਿੱਚ ਜਦੋਂ ਮਾਲ ਗੱਡੀ ਆਉਂਦੀ ਹੈ ਤਾਂ ਉਹਨਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਜਿਸ ਢੰਗ ਦੇ ਨਾਲ 31 ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਦਾ ਪ੍ਰੋਗਰਾਮ ਹੈ, ਪਹਿਲਾਂ ਉਹ 7 ਅਕਤੂਬਰ ਤੱਕ ਦਾ ਸੀਗਾ, ਫਿਰ ਉਸ ਨੂੰ ਵਧਾ ਕੇ 8 ਅਕਤੂਬਰ ਕੀਤਾ ਗਿਆ। ਹੁਣ 8 ਅਕਤੂਬਰ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਰੇਲ ਰੋਕੋ ਦਾ ਇਸੇ ਤਰ੍ਹਾਂ ਜਾਰੀ ਰਹੂਗਾ, ਕੀ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਊਗੀ। ਇਹ ਜਿਹੜਾ ਫੈਸਲਾ ਹੈ ਉਹ 31 ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੇ ਵਿੱਚ ਹੋਊਗਾ, ਪਰ ਇੰਨਾ ਜ਼ਰੂਰ ਹੈ ਕਿ ਸਿਰਫ ਹੁਣ 5 ਤੋਂ 6 ਦਿਨ ਦਾ ਕੋਲਾ ਖੁਦ ਹੀ ਕੈਪਟਨ ਅਮਰਿੰਦਰ ਸਿੰਘ ਦੱਸ ਰਹੇ ਨੇ ਅਤੇ ਅੱਜ ਤੋਂ ਜੇ 5-6 ਦਿਨ ਹੋਰ ਰੇਲਵੇ ਟਰੈਕ 'ਤੇ ਕਿਸਾਨ ਡਟੇ ਰਹਿੰਦੇ ਨੇ ਤਾਂ ਕੋਲਾ ਜ਼ਰੂਰ ਖਤਮ ਹੋ ਜੂਗਾ ਪੰਜਾਬ ਦੇ ਵਿੱਚ, ਅਤੇ ਥਰਮਲ ਜਿਹੜੇ ਨੇ ਕੋਲੇ 'ਤੇ ਚੱਲਣ ਵਾਲੇ ਪਲਾਂਟ ਨੇ ਉਹ ਜ਼ਰੂਰ ਇੱਕ ਵਾਰ ਉਹਨਾਂ ਦੀ ਉਤਪਾਦਨ ਜ਼ਰੂਰ ਰੁਕ ਜਾਊਗਾ। ਅਤੇ ਹੁਣ ਜਿਹੜੇ ਲੋਕ ਨੇ ਉਹ ਕਮੈਂਟਸ ਕਰਕੇ ਸਾਡੇ ਨਾਲ ਜੁੜੇ ਹੋਏ ਨੇ ਤਾਂ ਉਹ ਕਹਿ ਕੀ ਰਹੇ ਨੇ, ਉਹ ਕਹਿੰਦੇ ਕਿ ਅਸੀਂ ਬਿਜਲੀ ਦੇ ਬਿਨਾਂ ਰਹਿ ਲਾਂਗੇ। ਉਹਨਾਂ ਦਾ ਇਹ ਜਿਹੜੇ ਹੇਠਾਂ ਲੋਕ ਕਮੈਂਟ ਕਰ ਰਹੇ ਨੇ ਜ਼ਿਆਦਾਤਰ ਉਹ ਕਹਿੰਦੇ ਕਿ ਅਸੀਂ ਬਿਜਲੀ ਬਿਨਾਂ ਰਹਿ ਲੂੰਗੇ। ਹਾਲਾਂਕਿ ਕੁਝ ਲੋਕ ਇਹ ਵੀ ਕਮੈਂਟ ਕਰ ਰਹੇ ਨੇ ਕਿ ਜ਼ਰੂਰੀ ਸਮਾਨ ਵਾਲੀਆਂ ਗੱਡੀਆਂ ਨੂੰ ਲੰਘਾ ਦੇਣਾ ਚਾਹੀਦਾ ਹੈ, ਇਹ ਵੀ ਗੱਲ ਕੁਝ ਲੋਕ ਆਪਣੇ ਤੌਰ 'ਤੇ ਕਹਿ ਰਹੇ ਨੇ। ਅਤੇ ਹੁਣ ਜਿਹੜੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ, ਜੇ ਬਿਜਲੀ ਦਾ ਉਤਪਾਦਨ ਘੱਟ ਜੂਗਾ ਤਾਂ ਕੋਈ ਗੱਲ ਨਹੀਂ ਹੈਗੀ, ਕੁਝ ਦਿਨ ਬਿਜਲੀ ਦੇ ਬਿਨਾਂ ਵੀ ਸਾਰ ਲਾਂਗੇ। ਹਾਲਾਂਕਿ ਮੁੱਢਲੀਆਂ ਲੋੜਾਂ ਦੇ ਵਿੱਚ ਆਉਂਦੀ ਹੈ ਬਿਜਲੀ, ਹੁਣ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਨਲਕੇ ਨਹੀਂ ਰਹੇ ਹੈਗੇ, ਸਬਮਰਸੀਬਲ ਮੋਟਰਾਂ ਨੇ ਘਰ ਘਰ ਅਤੇ ਉਹ ਬਿਜਲੀ ਨਾਲ ਹੀ ਚੱਲਦੀਆਂ ਨੇ। ਅਤੇ ਹੋਰ ਵੀ ਜਿਹੜੀਆਂ ਜ਼ਰੂਰਤਾਂ ਨੇ, ਚਲੋ TV ਤੋਂ ਬਿਨਾਂ ਸਾਰ ਲੂਗਾ ਕੋਈ, ਰੈਫਰੀਜਰੇਟਰ ਨੇ, ਫਰਿੱਜ ਨੇ ਜਾਂ ਹੋਰ ਵੀ ਜਿਨ੍ਹਾਂ ਨੇ ਪਸ਼ੂ ਵੀ ਰੱਖੇ ਹੋਏ ਨੇ, ਜੇ ਉਹ ਵੀ ਪਾਣੀ ਪਿਲਾਉਂਦੇ ਨੇ ਪਸ਼ੂਆਂ ਨੂੰ ਤਾਂ ਵੱਡੇ ਪੱਧਰ 'ਤੇ ਪਾਣੀ ਜਿਹੜਾ ਹੈ ਉਹ ਸਬਮਰਸੀਬਲ ਮੋਟਰ ਚਲਾ ਕੇ ਹੀ ਆਉਂਦਾ ਹੈ, ਜਾਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ ਨੇ ਜੇ ਬਿਜਲੀ ਦੀ ਕਿੱਲਤ ਹੁੰਦੀ ਹੈ। ਇਹ ਚਲੋ ਇਹ ਖਦਸ਼ੇ ਨੇ, ਹਾਲੇ ਜੋ ਕਿਸਾਨ ਨੇ ਉਹ ਕੀ ਕਹਿੰਦੇ ਨੇ ਉਹ ਦੇਖਣਾ ਹੋਊਗਾ। ਕੁਝ ਲੋਕ ਕਹਿੰਦੇ ਨੇ ਕਿ ਹਾਂ ਜਿਹੜਾ ਜ਼ਰੂਰੀ ਸਮਾਨ ਹੈ, ਕਿਉਂਕਿ ਜਿਹੜੀ ਸਪਲਾਈ ਲਾਈਨ ਹੈ ਉਹ ਟੁੱਟਣੀ ਨਹੀਂ ਚਾਹੀਦੀ ਹੈਗੀ,
ਸਪਲਾਈ ਲਾਈਨ ਚੱਲਦੀ ਰੱਖਣੀ ਚਾਹੀਦੀ ਹੈ। ਪਰ ਹੁਣ ਥਾਂ ਥਾਂ 'ਤੇ ਕਿਸਾਨ ਬੈਠੇ ਨੇ, ਜੇ ਤੁਸੀਂ ਦੇਖੋ ਕਿ ਰਾਜਪੁਰੇ ਸ਼ੰਭੂ ਕੋਲ ਵੀ ਬੈਠੇ ਨੇ, ਉੱਧਰ ਅੰਮ੍ਰਿਤਸਰ ਜੰਡਿਆਲੇ ਕੋਲ ਵੀ ਬੈਠੇ ਨੇ, ਪੰਜਾਬ ਦੇ ਵੱਖ ਵੱਖ ਰੇਲਵੇ ਟਰੈਕਸ 'ਤੇ, ਬਰਨਾਲੇ ਤੋਂ ਲੈ ਕੇ ਸੰਗਰੂਰ ਤੋਂ, ਰਾਜਪੁਰੇ ਤੋਂ, ਬਠਿੰਡੇ ਤੋਂ, ਅੰਮ੍ਰਿਤਸਰ ਤੋਂ, ਜੰਡਿਆਲਾ ਗੁਰੂ ਤੋਂ, ਵੱਖ ਵੱਖ ਥਾਵਾਂ 'ਤੇ ਰੇਲਵੇ ਟਰੈਕਸ 'ਤੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ। ਲਗਾਤਾਰ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਅਤੇ ਪੈਸੰਜਰ ਟ੍ਰੇਨਸ ਤਾਂ ਬਿਲਕੁਲ ਹੀ ਬੰਦ ਨੇ, ਅਤੇ ਜੇਕਰ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਫਿਰ ਕਿਹੜੇ ਸਮੇਂ ਕਿਵੇਂ ਰੇਲਵੇ ਟਰੈਕ ਖਾਲੀ ਕਰਵਾਏ ਜਾਣਗੇ, ਕੋਈ ਹਾਦਸਾ ਨਾ ਵਾਪਰ ਜਾਵੇ, ਇਹ ਵੀ ਹੁੰਦਾ ਹੈ। ਹਾਲਾਂਕਿ ਰੇਲਵੇ ਨੇ ਆਪਣੇ ਤੌਰ 'ਤੇ ਅਹਿਤਿਆਤ ਦੇ ਵਜੋਂ ਪਹਿਲਾਂ ਹੀ ਜਿਹੜੀਆਂ ਰੇਲ ਗੱਡੀਆਂ ਨੇ ਉਹ ਅੰਦੋਲਨ ਨੂੰ ਦੇਖਦੇ ਹੋਏ ਰੱਦ ਕਰ ਦਿੱਤੀਆਂ ਨੇ ਅਗਲੇ ਹੁਕਮਾਂ ਤੱਕ। ਪਰ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਉਹਦੇ ਨਾਲ ਮਾਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ। ਸੋ ਇਹ ਅਪੀਲ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ, ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਖਦਸ਼ਾ ਇਹ ਜ਼ਾਹਿਰ ਕੀਤੇ ਨੇ ਕਿ 4 ਤੋਂ 5 ਦਿਨ ਤੋਂ 6 ਦਿਨ ਤੱਕ ਦਾ ਕੋਲਾ ਬਾਕੀ ਹੈ ਥਰਮਲ ਪਲਾਂਟ ਦੇ ਵਿੱਚ। ਜੇਕਰ ਕਿਸਾਨ ਮਾਲ ਗੱਡੀਆਂ ਜਿਹੜੀਆਂ ਨੇ ਜਾਂ ਕੋਲੇ ਵਾਲੀਆਂ ਗੱਡੀਆਂ ਨੇ ਉਹਨਾਂ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਬਿਜਲੀ ਦਾ ਉਤਪਾਦਨ ਹੈ ਉਹ ਰੁਕ ਸਕਦਾ। ਸਿੱਧਾ ਸਿੱਧਾ ਅਸਰ ਆਮ ਜਨਜੀਵਨ 'ਤੇ ਪਊਗਾ, ਉਹ ਕਿਸੇ ਹੋਰ ਸੂਬੇ 'ਤੇ ਨਹੀਂ ਪੈਣਾ, ਉਹ ਪੰਜਾਬ ਦੇ ਲੋਕਾਂ 'ਤੇ ਹੀ ਪੈਣਾ, ਪੰਜਾਬ ਦੇ ਨਾਗਰਿਕਾਂ 'ਤੇ ਹੀ ਪੈਣਾ, ਚਾਹੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਹੋਣ ਅਤੇ ਚਾਹੇ ਉਹ ਸ਼ਹਿਰਾਂ ਦੇ ਵਿੱਚ ਰਹਿੰਦੇ ਹੋਣ। ਸੋ ਇਹ ਜਿਹੜੀ ਗੱਲ ਹੈ ਇਹ ਵਿਚਾਰਨ ਵਾਲੀ ਗੱਲ ਹੈ ਕਿ ਹੁਣ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ। ਸੋ ਜਿਹੜੀ ਇਹ ਦਿੱਕਤ ਹੈਗੀ ਹੈ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਸਾਹਮਣਾ ਕਰਨਾ ਪੈ ਸਕਦਾ। ਜੇਕਰ ਖਾਦ ਨੂੰ ਲੰਘਣ ਨਹੀਂ ਦਿੰਦੇ, ਜੇਕਰ ਜਿਹੜੀ ਢੋਆ ਢੁਆਈ ਹੈ ਉਹਨੂੰ ਲੰਘਣ ਨਹੀਂ ਦਿੰਦੇ, ਜੇਕਰ ਕੋਲੇ ਵਾਲੀਆਂ ਗੱਡੀਆਂ ਨੂੰ ਲੰਘਣ ਨਹੀਂ ਦਿੰਦੇ, ਜੇਕਰ ਬਾਰਦਾਨੇ ਵਾਲੀਆਂ ਗੱਡੀਆਂ ਨੂੰ ਲੰਘਣ ਨਹੀਂ ਦਿੰਦੇ ਹੈਗੇ ਤਾਂ ਅਸਰ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ 'ਤੇ ਪੈਣਾ, ਕਿਸਾਨਾਂ 'ਤੇ ਵੀ ਪੈਣਾ, ਹੋਰ ਵਰਗਾਂ 'ਤੇ ਵੀ ਪੈਣਾ। ਸੋ ਇਹ ਫੈਸਲਾ ਪੰਜਾਬ ਦੀ ਜਨਤਾ ਨੇ ਕਰਨਾ, ਪੰਜਾਬ ਦੇ ਕਿਸਾਨਾਂ ਨੇ ਕਰਨਾ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਰਨਾ ਕਿ ਕਿਵੇਂ ਦੀ ਜਿਹੜੇ ਐਕਸ਼ਨ ਪਲਾਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੋ ਸਕਦਾ ਹੈ। ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਅਪੀਲ ਕੀਤੀ ਗਈ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਬੇਹੱਦ ਜ਼ਰੂਰੀ ਸੀਗਾ। ਉਹਨਾਂ ਨੇ ਬੇਹੱਦ ਗੰਭੀਰ ਹੋ ਕੇ ਗੱਲ ਕਹੀ ਹੈ ਕਿ ਸਾਨੂੰ ਸੋਚਣਾ ਪੈਣਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਕਾਲੇ ਕਾਨੂੰਨ ਨੇ, ਇਹ ਖੇਤੀ ਦੇ ਇਹ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ, ਪੰਜਾਬ ਸਰਕਾਰ ਕਿਸਾਨਾਂ ਦੇ ਅੰਦੋਲਨ ਦੀ ਸਪੋਰਟ 'ਚ ਹੈ, ਪਰ ਸਾਨੂੰ ਸੋਚਣਾ ਪਊਗਾ ਨਾਲ ਨਾਲ ਕਿਉਂਕਿ ਗੰਭੀਰ ਮੁੱਦਾ ਹੈਗਾ ਏ। ਅਤੇ ਇਸ ਢੰਗ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਸੋਚਣਾ ਪਊਗਾ, ਪੰਜਾਬ ਦੇ ਕਿਸਾਨਾਂ ਨੂੰ ਵੀ ਸੋਚਣਾ ਪਊਗਾ ਕਿ ਕੀ ਕਰਨਾ ਏ। ਕਿਉਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਵੇਂ ਹੁਣ ਰਿਲਾਇੰਸ ਦੇ ਮਹਿੰਗਾ ਸਟੋਰ ਰੋਕੇ ਗਏ ਨੇ, ਰਿਲਾਇੰਸ ਦੇ ਜਿੰਨੇ ਵੀ ਪੈਟਰੋਲ ਪੰਪਸ ਨੇ ਉਹਨਾਂ ਦਾ ਘਿਰਾਓ ਕੀਤਾ ਜਾ ਰਿਹਾ ਏ, ਬਹੁਤ ਥਾਵਾਂ 'ਤੇ ਟੋਲ ਪਲਾਜ਼ੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ, ਈਵਨ ਕਿ ਰੇਲ ਰੋਕੋ ਅੰਦੋਲਨ ਉਹ ਪੂਰੀ ਤਰ੍ਹਾਂ ਜਾਰੀ ਹੈ ਅਤੇ ਕਈ ਥਾਵਾਂ 'ਤੇ ਪੱਕੇ ਮੋਰਚੇ ਜਾਰੀ ਨੇ। ਹਾਲੇ ਸੜਕੀ ਆਵਾਜਾਈ ਤਾਂ ਕਿਤੇ ਬਹੁਤੀ ਠੱਪ ਨਹੀਂ ਕੀਤੀ ਗਈ ਹੈਗੀ, ਪਹਿਲਾਂ 25 ਸਤੰਬਰ ਨੂੰ ਜ਼ਰੂਰ ਸ਼ੰਭੂ ਬਾਰਡਰ 'ਤੇ, ਉਹ ਤੋਂ ਬਾਅਦ ਫਿਰ 4 ਅਕਤੂਬਰ ਨੂੰ ਮੁੜ ਤੋਂ ਸ਼ੰਭੂ ਬਾਰਡਰ 'ਤੇ ਜ਼ਰੂਰ ਰੇਲਵੇ ਮਾਫ ਕਰਨਾ ਜਿਹੜੀ ਸੜਕੀ ਆਵਾਜਾਈ ਹੈ ਉਹ ਰੋਕ ਦਿੱਤੀ ਗਈ ਸੀ ਕੁਝ ਘੰਟਿਆਂ ਦੇ ਲਈ। ਉਸ ਦਾ ਅਸਰ ਵੀ ਸਿੱਧਾ ਸਿੱਧਾ ਜਿਹੜਾ ਏ ਉਹ ਪੈਂਦਾ ਏ ਆਮ ਜਨਜੀਵਨ 'ਤੇ, ਕਿਉਂਕਿ 6000 ਵਾਹਨ ਜਿਹੜੇ ਨੇ ਉਹ ਦਿੱਲੀ ਤੋਂ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ ਅਤੇ ਜੇਕਰ ਉਹ ਰੁਕਦੇ ਨੇ ਤਾਂ ਫਿਰ ਚਾਹੇ ਉਹ ਪੰਜਾਬ ਆਉਣ ਵਾਲੇ ਲੋਕ ਹੋਣ, ਚਾਹੇ ਉਹ ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਜਾਂ ਰਾਜਸਥਾਨ ਜਾਣ ਵਾਲੇ ਲੋਕ ਹੋਣ, ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪੰਜਾਬ ਦੇ ਬਾਰਡਰ ਜਿਹੜੇ ਨੇ ਉਹ ਰਾਜਸਥਾਨ ਨਾਲ ਲੱਗਦਾ ਹੈ, ਹਰਿਆਣੇ ਦੇ ਨਾਲ, ਜੇ ਐਂਡ ਕੇ ਨਾਲ, ਹਿਮਾਚਲ ਨਾਲ, ਕਈ ਸੂਬਿਆਂ ਦੇ ਨਾਲ ਜਿਹੜਾ ਪੰਜਾਬ ਦਾ ਬਾਰਡਰ ਹੈ ਦਿੱਲੀ ਦੇ ਨਾਲ ਲੱਗਦਾ ਹੈ। ਤੋ ਇਸ ਢੰਗ ਦੇ ਨਾਲ ਦਿੱਲੀ ਤੋਂ ਲੋਕ ਆਉਂਦੇ ਨੇ, ਸੜਕੀ ਆਵਾਜਾਈ ਰੋਕਣੀ ਕਿੰਨੀ ਕੁ ਜ਼ਰੂਰੀ ਹੈ, ਰੇਲ ਰੋਕੋ ਅੰਦੋਲਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ, ਸਰਕਾਰ 'ਤੇ ਕਿਵੇਂ ਦਾ ਦਬਾਅ ਪਾਉਣਾ, ਕਿੱਥੇ ਤੱਕ ਦਬਾਅ ਪਾਉਣਾ, ਇਹ ਕਿਸਾਨ ਜਥੇਬੰਦੀਆਂ ਨੂੰ ਸੋਚਣਾ ਪਊਗਾ ਕਿਉਂਕਿ ਸੰਘਰਸ਼ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕੀ ਅੱਗੇ ਰੂਪਰੇਖਾ ਇਹਦੀ ਐਲਾਨੀ ਜਾਂਦੀ ਹੈ ਦੇਖਣਾ ਹੋਏਗਾ। ਪਰ ਅੱਜ ਸਿਰਸਾ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਰਿਹਾ ਹੈ, ਅੱਜ ਪੰਜਾਬ ਦੀਆਂ 31 ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਸਿਰਸਾ ਪਹੁੰਚ ਰਹੇ ਨੇ ਅਤੇ ਉੱਧਰ ਹਰਿਆਣੇ ਦੀਆਂ 19 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਵੀ ਸਿਰਸਾ ਪਹੁੰਚ ਰਹੇ ਨੇ। ਦੁਸ਼ਯੰਤ ਚੌਟਾਲਾ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਹਰਿਆਣਾ ਦੇ, ਉਹਨਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦਾ ਘਿਰਾਓ ਰਿਹਾਇਸ਼ ਦਾ ਕੀਤਾ ਵੀ ਜਾਣਾ ਹੈ ਕਿ ਖੱਟੜ ਸਰਕਾਰ ਕਿਉਂਕਿ ਦੁਸ਼ਯੰਤ ਚੌਟਾਲਾ ਹੋਰਾਂ ਦੀ ਸਪੋਰਟ 'ਤੇ ਖੜ੍ਹੀ ਹੈ ਕਿ ਉਹ ਜਿਹੜੀ ਸਪੋਰਟ ਹੈ ਉਹ ਵਾਪਸ ਲੈ ਲਈ ਜਾਵੇ, ਹਰਿਆਣਾ ਦੇ ਵਿੱਚ ਸਰਕਾਰ ਤੋੜ ਦਿੱਤੀ ਜਾਵੇ ਕਿਉਂਕਿ ਦੁਸ਼ਯੰਤ ਚੌਟਾਲਾ ਖੁਦ ਨੂੰ ਜਾਟ ਲੀਡਰ ਦੇ ਵਜੋਂ ਸਮਝਦੇ ਨੇ, ਜਾਟ ਲੀਡਰ ਦੇ ਵਜੋਂ ਅੱਗੇ ਆਏ ਨੇ ਅਤੇ ਡਿਪਟੀ ਮੁੱਖ ਮੰਤਰੀ ਨੇ ਹਰਿਆਣਾ ਦੇ ਵਿੱਚ, ਪਰ ਉਹ ਕੀ ਸਪੋਰਟ ਵਾਪਸ ਲੈਣਗੇ
ਇਹ ਦੇਖਣਾ ਹੋਏਗਾ। ਇਸ ਵੇਲੇ ਕਿਸਾਨਾਂ ਦਾ ਵੱਡਾ ਅੰਦੋਲਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਜਾਰੀ ਹੈ, ਹੋਰਨਾਂ ਸਟੇਟਾਂ ਤੋਂ ਵੀ ਕਿਤੇ ਕਿਤੇ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ, ਪਰ ਵੱਡਾ ਅੰਦੋਲਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੀ ਹੈ। ਅਤੇ ਹੁਣ ਜਿਹੜੀ ਸਮੱਸਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਸਾਹਮਣੇ ਆਉਂਦੀ ਹੈ ਇਹ ਸਾਨੂੰ ਦੇਖਣਾ ਹੋਏਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਅਪੀਲ ਹੈ ਕਿਸਾਨ ਜਥੇਬੰਦੀਆਂ ਨੂੰ ਉਹ ਇਹੀ ਕੀਤੀ ਹੈ ਕਿ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਮਾਲ ਗੱਡੀਆਂ ਜਿਹੜੀਆਂ ਨੇ ਉਹ ਲਾਈਫ ਲਾਈਨ ਹੁੰਦੀਆਂ ਨੇ ਕਿਸੇ ਵੀ ਸੂਬੇ ਦੀ, ਢੋਆ ਢੁਆਈ ਜਿਹੜੀ ਆ, ਸਾਜੋ ਸਮਾਨ ਆਉਂਦਾ ਹੈ। ਖਾਸ ਕਰ ਕੋਲੇ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਸਿਰਫ 5 ਤੋਂ 6 ਦਿਨ ਦਾ ਕੋਲਾ ਬਕਾਇਆ ਹੈ। ਜੇ ਕੋਲਾ, ਜੇ 6 ਦਿਨ ਮਾਲ ਗੱਡੀਆਂ ਹੋਰ ਨਾ ਆਈਆਂ, ਕੋਲੇ ਵਾਲੀਆਂ ਗੱਡੀਆਂ ਹੋਰ ਨਾ ਆਈਆਂ, ਤਾਂ ਥਰਮਲ ਪਲਾਂਟ ਦੇ ਵਿੱਚ ਬਿਜਲੀ ਦਾ ਉਤਪਾਦਨ ਬੰਦ ਹੋ ਜਾਣਾ। ਅਤੇ ਜੇ ਬਿਜਲੀ ਦਾ ਉਤਪਾਦਨ ਬੰਦ ਹੁੰਦਾ ਤਾਂ ਚਾਹੇ ਉਹ ਫੈਕਟਰੀਆਂ ਨੇ ਪੰਜਾਬ ਦੇ ਵਿੱਚ, ਚਾਹੇ ਉਹ ਦੁਕਾਨਾਂ ਨੇ, ਚਾਹੇ ਕਾਰੋਬਾਰ ਨੇ, ਚਾਹੇ ਲੋਕਾਂ ਦੇ ਘਰ ਬਾਰ ਨੇ, ਤਾਂ ਬਿਜਲੀ ਦੀ ਵੱਡੀ ਸਮੱਸਿਆ ਜਿਹੜੀ ਆ ਉਹ ਆ ਸਕਦੀ ਹੈ, ਕਿੱਲਤ, ਕਿਉਂਕਿ ਬਿਜਲੀ ਇੱਕ ਅਜਿਹੀ ਚੀਜ਼ ਹੈ ਜਿਹੜੀ ਸਟੋਰ ਨਹੀਂ ਕੀਤੀ ਜਾ ਸਕਦੀ ਹੈਗੀ। ਉਹਦਾ ਕੋਈ ਭੰਡਾਰਨ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਕੋਲ 10 ਦਿਨ ਦੀ ਬਿਜਲੀ ਅਸੀਂ ਇਕੱਠੀ ਕਰਕੇ ਰੱਖ ਲਾਂਗੇ, ਜੇ ਅਸੀਂ ਅੱਜ ਨਾ ਵਰਤੀ ਤਾਂ ਕੱਲ੍ਹ ਨੂੰ ਵਰਤ ਲਾਂਗੇ। ਬਿਲਕੁਲ ਇਸ ਤਰ੍ਹਾਂ ਦਾ ਨਹੀਂ ਹੈ। ਬਿਜਲੀ ਜਿਹੜੀ ਆ ਉਹ ਕਦੇ ਵੀ ਉਹ ਸਟੋਰੇਜ ਨਹੀਂ ਹੁੰਦੀ ਹੈਗੀ ਉਹਦੀ, ਸੋ ਇਹ ਨਾਲ ਨਾਲ ਹੀ ਉਤਪਾਦਨ ਹੁੰਦਾ, ਨਾਲ ਨਾਲ ਹੀ ਜਿਹੜੀ ਹੈ ਉਹ ਅੱਗੇ ਭੇਜੀ ਜਾਂਦੀ ਹੈ। ਸੋ ਇਸ ਕਰਕੇ ਜੇਕਰ ਕੋਲਾ ਜਿਹੜਾ ਇਹ ਉਹ ਖਤਮ ਹੁੰਦਾ ਹੈ ਤਾਂ ਬਿਜਲੀ ਦਾ ਉਤਪਾਦਨ 'ਤੇ ਅਸਰ ਪੈਂਦਾ, ਤਾਂ ਉਹਦਾ ਅਸਰ ਆਮ ਲੋਕਾਂ 'ਤੇ ਵੀ ਪੈਣਾ। ਇਸ ਤੋਂ ਬਿਨਾਂ ਖਾਦ ਜਿਹੜੀ ਆਉਣੀ ਹੈ ਉਹਦਾ ਅਸਰ ਵੀ ਸਿੱਧਾ ਸਿੱਧਾ ਕਿਸਾਨਾਂ 'ਤੇ ਪੈਣਾ, ਕਿਉਂਕਿ ਆਉਣ ਵਾਲਾ ਜਿਹੜਾ ਸੀਜ਼ਨ ਹੈ ਉਹ ਕਣਕ ਦੀ ਬਿਜਾਈ ਦਾ ਵੀ ਹੈ। ਇਸ ਤੋਂ ਬਿਨਾਂ ਬਾਰਦਾਨੇ ਦੀ ਵੀ ਲੋੜ ਹੁੰਦੀ ਹੈ, ਉਹਦੇ 'ਤੇ ਵੀ ਅਸਰ ਜਿਹੜਾ ਹੈ ਉਹ ਝੋਨੇ ਦੀ ਜਦੋਂ ਖਰੀਦ ਹੋਣੀ ਹੈ, ਹੋ ਵੀ ਰਹੀ ਹੈ, ਉਹਦੇ ਦੌਰਾਨ ਵੀ ਪੈਣਾ। ਇੱਕ ਜਿਹੜੀ ਸਟੋਰੇਜ ਹੈ ਕਿ ਜਿਹੜੀ ਝੋਨੇ ਨੂੰ ਮੰਡੀਆਂ ਦੇ ਵਿੱਚੋਂ ਖਾਲੀ ਕਰਕੇ ਜਿਹੜੇ ਭੰਡਾਰ ਹੈ ਗੋਦਾਮਾਂ ਦੇ ਵਿੱਚ ਰੱਖਣਾ ਹੈ ਜਾਂ ਜਿੱਥੇ ਪੈਂਥਾਂ ਉੱਥੇ ਰੱਖਣਾ ਹੈ, ਉੱਥੇ ਵੀ ਜਿਹੜਾ ਭਰਿਆ ਪਿਆ ਅਨਾਜ ਉਹਦੀ ਢੋਆ ਢੁਆਈ ਵੀ ਜ਼ਰੂਰੀ ਹੈ। ਸਾਰੀਆਂ ਮਾਲ ਗੱਡੀਆਂ 'ਤੇ ਚੀਜ਼ਾਂ ਨਿਰਭਰ ਕਰਦੀਆਂ ਨੇ, ਸੋ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਨਹੀਂ ਦਿੱਤੀ ਜਾਂਦੀ ਹੈਗੀ, ਇਹ ਦੇਖਣਾ ਹੈ। ਪਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਫੈਸਲਾ ਲਿਆ ਜਾਣਾ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਅਪੀਲ ਜ਼ਰੂਰ ਕੀਤੀ ਗਈ ਹੈ। ਫਿਲਹਾਲ ਦੇਖਣਾ ਹੋਏਗਾ ਕਿ ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਨੇ। ਅਤੇ ਇਸ ਪੇਸ਼ਕਸ਼ 'ਚ ਇੰਨਾ ਹੀ, ਤਮਾਮ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ।